पीआर ਹੋਇਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਪੀਆਰ ਹੋ ਕੇ ਹੋਇਨੂੰ 6 ਸਾਲ सारा कुछ मिलता की नहीं मिलता क्योंकि जे तुसी 20-25 लाख लाना ही जे तुसी 20-25 लाख ला के इंडिया च ही कुछ कर लवो ता बहुत कुछ कर सको उधर स्ट्रेस अपना नाम मनी बाट मनी मनी बाट मनी बाट सिंगर सिंगर मनी बाट सिंगर भी नहीं 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 नो सिंगर नो सिंगर वेरे तुसी ਤੁਹਾਡਾ ਨਾਮ ਗੁਰਤਾਜ ਸਿੰਘ ਜੀ ਗੁਰਤਾਜ ਸਿੰਘ ਕਿੱਥੋਂ ਵੇ ਬਲੌਂਗ ਕਿੱਥੋਂ ਕਰਦੇ ਬੇਸਿਕਲੀ ਸਮਰਾਲੇ ਤੋਂ ਕੰਨੇ ਤੋਂ ਇਕੱਠੇ ਹੀ ਇੱਕੋ ਜਗ੍ਹਾ ਤੋਂ ਬਿਲਕੁਲ ਯਾਰ ਦੋਸਤੋਂ ਮਤਲਬ ਪਾਣੀ ਆ ਆ ਯਾਰ ਮੇਰੇ ਕਰਦੇ ਕਿ ਵੇਰੇ ਬੇਸਿਕਲੀ ਆਪਾਂ ਮੈਂ ਕੈਨੇਡੀਅਨ ਸਿਟੀਜ਼ਨ ਆਏ ਹਾਏ ਹਾਏ ਕੈਨੇਡੀਅਨ ਸਿਟੀਜ਼ਨ ਯਾ ਵਾਹ ਵੇਰੇ ਤੁਸੀਂ ਮੈਂ ਤਾਂ ਵੇਰੇ ਪਿੰਡੇ ਰਹਿੰਦੇ ਆ ਪਕੌੜੀ ਪਿੰਡੇ ਕਰਦੇ ਕੀ ਖੇਤੀਬਾੜੀ ਹਾਂਜੀ ਕੁਸ਼ਤੀ ਜੀ ਆਪਣੀ ਖੇਤੀਬਾੜੀ ਹਾਂਜੀ ਆਪਣਾ ਕਿੰਨਾ ਟਾਈਮ ਹੋ ਗਿਆ ਜੀ ਕੈਨੇਡਾ ਗਏ ਨੂੰ ਮੈਨੂੰ ਹੋ ਗਏ 8 ਸਾਲ 8 ਸਾਲ ਪੀਆਰ ਹੋਇਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਪੀਆਰ ਹੋ ਕੇ ਹੋਇਨੂੰ 6 ਸਾਲ 6 ਸਾਲ 2 ਸਾਲ ਹੋ ਗਏ ਪੀਆਰ ਹੋ ਗਏ ਸੀ ਹਾਂਜੀ ਉਹਦੇ ਕਿਹੜਾ ਕੰਡਾ ਕੱਢਿਆ ਸੀ ਕੰਡਾ ਕਿਹੜਾ ਕੱਢਣਾ ਵੀਰ ਆਪਾਂ ਨੇ LMI ਲਿੱਤੀ LMI ਦੇ ਰੂਲ ਫਾਲੋ ਕੀਤੇ ਤੇ ਆਪਾਂ ਉਹਦੇ ਅਨੁਸਾਰ ਆਪਾਂ ਪੀਆਰ ਹੋ ਗਏ ਹੁਣ ਸਿਟੀਜ਼ਨ ਮਿਲ ਗਈ ਸਿਟੀਜ਼ਨ ਦਾ ਆਪਾਂ ਨੇ ਪੇਪਰ ਦਿੱਤਾ ਤੇ ਆਪਾਂ ਪੀਆਰ ਹੋ ਗਏ ਨਹੀਂ ਸਿਟੀਜ਼ਨਸ਼ਿਪ ਨਹੀਂ ਪਾਸਪੋਰਟ ਨਹੀਂ ਮਿਲਿਆ ਨਹੀਂ ਮਿਲ ਗਿਆ ਮਿਲ ਗਿਆ ਮਿਲ ਗਿਆ ਇਹ ਜੇ ਆਪਾਂ ਕੈਨੇਡਾ ਕੰਮ ਕੀ ਕਰਦੇ ਵੈਸੇ ਆਪਾਂ ਕੈਨੇਡਾ ਟਰਾਲਾ ਚਲਾਉਂਦੇ ਆ ਵੀਰ ਟਰਾਲੇ ਰਹਿੰਦੇ ਕਿੱਥੋਂ ਤੋਂ ਕਿੱਥੋਂ ਅਮਰੀਕਾ ਤੋਂ ਕੈਨੇਡਾ ਕਿੱਥੋਂ ਨਹੀਂ ਆਪਾਂ ਟਰਾਲਾ ਚਲਾਉਂਦੇ ਆ ਜਿਵੇਂ ਕਿ ਆਪਾਂ ਨੂੰ ਜਿਵੇਂ ਕਿ ਹੁੰਦਾ ਏ ਇਹ ਮਿਲ ਜਾਂਦਾ ਏ ਜਿਵੇਂ ਕਿ ਟੋਰਾਂਟੋ ਟੂ ਵੈਨਕੂਵਰ ਵੈਨਕੂਵਰ ਟੂ ਕਿੰਨੇ ਘੰਟੇ ਦਾ ਰਸਤਾ ਹੁੰਦਾ ਟਰਾਲੇ ਚ ਵੱਧ ਤੋਂ ਵੱਧ ਹੁੰਦਾ ਵੀਰ ਵੈਨਕੂਵਰ ਦਾ ਜੇ ਰਸਤਾ ਮਿਲ ਗਿਆ 4 ਘੰਟੇ ਦਾ ਤੇ 4 ਦਿਨ 4 ਦਿਨ ਕਿ 4 ਘੰਟੇ 4 ਦਿਨ ਅੱਛਾ 4 ਦਿਨ ਹਾਂ ਇਹ ਲਗਾਤਾਰ ਹੀ ਚੱਲਦਾ ਹੈ ਨਹੀਂ ਵਿੱਚ ਰੈਸਟ ਪਾ ਕੇ ਜੇ 2 ਡਰਾਈਵਰ ਹੋਈਏ ਫਿਰ 2 ਦਿਨ ਚ ਕੰਪਲੀਟ ਕਰ ਦੀ 2 ਦਿਨ ਚ ਕੰਪਲੀਟ ਕਰ ਦਾ ਹਾਂ ਮੈਂ ਕਹਾਂ ਜੀ ਚਾੜ ਦਿੰਨੇ ਆ ਟਰਾਲਾ ਐਨ ਫੁੱਲ ਚਾੜਦਾ ਨੇ ਬਾਬੇ ਐਨ ਫੁੱਲ ਐਨ ਫੁੱਲ ਕਰਦੀ ਦੇ ਕੰਮ ਕਰ ਐਨ ਫੁੱਲ ਚੱਕਦੀ ਦੇ ਮਾਲ ਪੱਤਾ ਮਿਲ ਜਾਂਦਾ ਉੱਥੇ ਸਾਰਾ ਕੁਝ ਮਿਲਦਾ ਉੱਥੇ ਕੀ ਨਹੀਂ ਮਿਲਦਾ ਦੱਸੋ ਲਾ ਕੇ ਐਨ ਫੁੱਲਾ ਮਿਲਦਾ ਚਾੜ ਦਿੰਨੇ ਆ ਤੁਸੀਂ ਦੱਸੋ ਕੀ ਨਹੀਂ ਮਿਲਦਾ ਉੱਥੇ ਉੱਥੇ ਸਾਰਾ ਕੁਝ ਮਿਲਦਾ ਏ ਬਾਈ ਸਾਰਾ ਕੁਝ ਮਿਲਦਾ ਹੈ ਹਜੇ ਕੈਨੇਡਾ ਇੰਡੀਆ ਚ ਨਹੀਂ ਮਿਲਦਾ ਹੈਗਾ ਸਮਾਨ ਉਹ ਸਮਾਨ ਇੰਡੀਆ ਚ ਨਹੀਂ ਮਿਲਦਾ ਜੋ ਕੈਨੇਡਾ ਚ ਮਿਲਦਾ ਹੈ ਵਾਹ ਫਰੈਸ਼ ਦੇ ਨਾਲ ਪਿਓਰ ਹੈ ਪਿਓਰ ਐਨ ਪਿਓਰ ਯਾ ਵਾਹ ਮੈਂ ਖਾ ਕੇ ਐ ਟਰਾਲੇ ਚੜ ਦਿੰਨੇ ਆ ਫਿਰ ਨਹੀਂ ਹਟਦੇ ਮੈਂ ਕਹਿੰਦਾ ਬਾਈ ਜਮਾ ਵੀ ਨਹੀਂ ਹਟਦੇ ਦੋ ਦੋ ਦਿਨ ਪਾੜਦੀ ਰਹਿ ਐਨ ਬੋਲ ਯਾਰ ਥੈਂਕ ਯੂ ਵੀਰ ਬਹੁਤ ਜਿਆਦਾ ਲੱਗਾ ਤੁਹਾਡਾ ਨਾਲ ਗੱਲ ਥੈਂਕ ਯੂ ਬਾਈ ਜਾਨੀ ਕਿ ਇੱਕ ਮੇਰੀ ਸਾਰਿਆਂ ਨੂੰ ਰਿਕੁਐਸਟ ਇੱਕ ਹੈ ਜੀ ਵੀਰੇ ਬਈ ਹਰੇਕ ਕੁੜੀ ਮੁੰਡਾ ਕੈਨੇਡਾ ਕਰੀ ਜਾਂਦਾ ਏ ਜੀ ਜੀ ਬਟ ਉੱਥੇ ਅੱਜ ਕੱਲ ਕੰਮ ਤਾਂ ਹੈ ਨਹੀਂ ਯਾਰ ਕੋਈ ਹਾਂ ਬੰਦਿਆਂ ਦਾ ਕੋਈ ਕੰਮ ਨਹੀਂ ਅੱਛਾ ਮਤਲਬ ਕੰਮ ਕਰ ਤਾਂ ਹੈ ਨਹੀਂ ਅੱਜ ਕੱਲ ਕੋਈ ਘਰਦਿਆਂ ਦੇ ਤੁਸੀਂ ਪੈਸੇ ਖਰਚ ਕੇ ਜਾਈ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਘਰਦਿਆਂ ਤੋਂ ਪੈਸੇ ਮੰਗਾਈ ਜਾਂਦੇ ਹੋ ਅੱਛਾ ਅੱਜ ਦੇ ਟਾਈਮ ਤੋਂ ਉੱਥੇ ਰੈਸੈਸ਼ਨ ਚੱਲਦਾ ਰੈਸੈਸ਼ਨ ਦਾ ਮਤਲਬ ਕਾ ਕਿ ਆਰਥਿਕ ਮੰਦਹਾਲੀ ਹਨਾ ਤੁਸੀਂ ਕਿਉਂ ਜਾ ਰਹੇ ਹੋ ਕਿਉਂਕਿ ਜੇ ਤੁਸੀਂ 20-25 ਲੱਖ ਲਾਉਣਾ ਹੀ ਆ ਉਹ ਜੇ ਤੁਸੀਂ 20-25 ਲੱਖ ਲਾ ਕੇ ਇੰਡੀਆ 'ਚ ਹੀ ਕੁਝ ਕਰ ਲਵੋ ਤਾਂ ਬਹੁਤ ਕੁਝ ਕਰ ਸਕੋਗੇ ਬਹੁਤ ਕੁਝ ਇੰਡੀਆ 'ਚ 20-25 ਲੱਖ ਰੁਪਏ 'ਚ ਤੁਸੀਂ ਬਹੁਤ ਕੁਝ ਕਰ ਸਕਦੇ ਹੋ 20-25 ਲੱਖ 'ਚ ਤੁਸੀਂ ਕੋਈ ਆਪਣੀ ਸ਼ਾਪ ਕਰ ਸਕਦੇ ਹੋ ਯਾਰ ਆਪਣਾ ਬਿਜ਼ਨਸ ਹੋ ਜਾਂਦਾ ਹੈ ਹਨਾ ਜਿਹੜੇ ਅੱਜ ਤੋਂ 15-20 ਸਾਲ ਪਹਿਲਾਂ ਚਲੇ ਗਏ ਨੇ ਕੈਨੇਡਾ 'ਚ ਜਾਂ ਅਮਰੀਕਾ 'ਚ ਉਹ ਤਾਂ ਸੈੱਟ ਹੋ ਚੁੱਕੇ ਨੇ ਜੋ ਅੱਜ ਦੇ ਟਾਈਮ ਜਾ ਰਿਹਾ ਏ ਜੋ ਅੱਜ ਦੇ ਟਾਈਮ ਜਾ ਰਿਹਾ ਉਹਦੇ ਲਈ ਤਾਂ ਯਾਰ ਜਿਵੇਂ ਕਿ ਆਪਣੇ ਯੂਪੀ ਤੋਂ ਬਿਹਾਰ ਤੋਂ ਭਈਏ ਆ ਰਹੇ ਨੇ ਉਹ ਹਾਲ ਆ ਉਹਨਾਂ ਦਾ ਬੀਸੀ ਦੇ ਵਿੱਚ ਵੈਨਕੂਵਰ ਦੇ ਵਿੱਚ
ਤੁਸੀਂ ਦੇਖ ਸਕਦੇ ਵੈਨਕੂਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਅਪਲੋਡ ਹੋ ਰਹੀਆਂ ਨੇ ਉਹ ਤੰਬੂ ਲਾ ਕੇ ਪੰਜਾਬੀ ਸੌਂ ਰਹੇ ਨੇ ਘਰ ਨਹੀਂ ਮਿਲ ਰਹੇ ਨਹੀਂ ਮਿਲ ਰਹੇ ਜੇ ਘਰ ਮਿਲ ਰਹੇ ਨੇ ਰੈਂਟ ਬਹੁਤ ਆ ਇੱਕ ਬੇਸਮੈਂਟ ਦਾ 1500 1700 ਦੋ ਬੇਸਮੈਂਟ ਦਾ 2200 2300 ਉਹ ਅਫੋਰਡ ਨਹੀਂ ਕਰ ਪਾ ਰਹੇ ਕਿਉਂ ਕਿਉਂਕਿ ਜੌਬ ਨਹੀਂ ਹੈਗੀ ਜੌਬ ਨਹੀਂ ਹੈਗੀ ਤਾਂ ਉਹ ਕਿੱਥੋਂ ਅਫੋਰਡ ਕਰਨਾ ਹੈ ਨਾ ਹੁਣ ਬਾਈ ਮੇਰੇ ਨਾਲ ਦੇ ਗਏ ਨੇ ਜਿਵੇਂ ਹਨਾ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਕੰਮ ਹੀ ਨਹੀਂ ਮਿਲ ਰਿਹਾ ਉਧਰ ਮੈਂ ਵੀ ਪਹਿਲਾਂ ਸੋਚ ਰਿਹਾ ਸੀਗਾ ਕਿ ਜਾਵਾਂ ਰੱਬ ਨੇ ਸੋਹਣੇ ਘਰੇ ਦਿੱਤਾ ਨਾ ਜਨਮ ਦਿੱਤਾ ਕਿ ਆਪਦੇ ਹੈਗਾ ਕੰਮ ਕਰਨ ਜੋਗੇ ਖਾਣ ਪੀਣ ਜੋਗਾ ਹੈਗਾ ਵਾ ਧੰਦਾ ਇੰਨਾ ਵਧੀਆ ਹੈ ਨਾ ਖੇਤੀ ਦਾ ਕਿ ਉਹੀ ਕਰੀਏ ਆਪਾਂ ਜਿਹਦਾ ਜਿਹਨੂੰ ਕੰਮ ਹੈਗਾ ਇੱਧਰ ਉਹ ਇੱਧਰੇ ਕਰੇ ਬਾਹਰ ਜਾਣ ਦੀ ਲੋੜ ਨਹੀਂ ਬਾਈ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਇੱਥੇ ਕੁਝ ਕਰਨ ਜੋਗੇ ਹੋ ਬਾਈ ਜੀ ਕੈਨੇਡਾ ਲਈ ਨਾ ਤੁਹਾਨੂੰ 20-25 ਲੱਖ ਰੁਪਇਆ ਚਾਹੀਦਾ ਹੈ ਆਰਾਮ ਨਾਲ ਆਰਾਮ ਨਾਲ ਜੇ ਤੁਹਾਡੇ ਕੋਲ ਉਹ ਹੈਗਾ ਤੁਸੀਂ ਇੰਡੀਆ ਚ ਉਹ 20-25 ਲੱਖ ਇਨਵੈਸਟ ਕਰ ਲੈਂਦੇ ਹੋ ਤੁਸੀਂ ਕਾਮਯਾਬ ਹੋ ਜਾਓਗੇ 2-3 ਸਾਲਾਂ ਚ ਆਰਾਮ ਨਾਲ ਬਟ ਕੈਨੇਡਾ ਚ ਕਾਮਯਾਬ ਅੱਜ ਦੇ ਟਾਈਮ ਨਹੀਂ ਹੋ ਸਕੇਗੇ ਪੁਰਾਣੇ ਹੋ ਗਏ ਜਿਹੜੇ ਹੋ ਗਏ ਜਿਹੜੇ ਪੁਰਾਣੇ ਹੋ ਗਏ ਉਹ ਤਾਂ ਖੁੰਡ ਬਣ ਚੁੱਕੇ ਨੇ ਕਿਉਂਕਿ ਉਹਨਾਂ ਨੇ ਘਰ ਜੋ ਘਰ ਉਹਨਾਂ ਨੇ 1,95,000 ਦੇ ਲੈ ਗਏ ਮਤਲਬ ਕਿ 2 ਲੱਖ ਦੇ ਲੈ ਲਏ ਅੱਜ ਉਹ ਘਰ 2-2 ਮਿਲੀਅਨ ਦੇ ਨੇ ਮਤਲਬ ਕਿ 20 ਲੱਖ ਦੇ ਨੇ ਹੈ ਨਾ ਉਹ ਤੁਸੀਂ ਕਿੱਥੋਂ ਅਫੋਰਡ ਕਰ ਲਓਗੇ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਆ ਡਾਊਨ ਪੇਮੈਂਟ ਆ ਤੁਹਾਨੂੰ 20% ਪਾਉਣੀ ਪੈਣੀ ਆ 20 ਲੱਖ ਦੀ 20 ਲੱਖ ਦੀ ਡਾਊਨ ਪੇਮੈਂਟ 2 ਲੱਖ 4 ਲੱਖ ਬਣਦੀ ਆ ਤੁਸੀਂ ਕਿੱਥੋਂ ਪਾ ਲਓਗੇ ਯਾਰ ਤੁਸੀਂ ਨਹੀਂ ਪਾ ਸਕਦੇ ਠੀਕ ਆ ਉਹਦੇ ਲਈ ਤੁਹਾਡੇ ਲਈ ਅੱਜ ਦੇ ਟਾਈਮ ਲਈ ਇਨਵੈਸਟਮੈਂਟ ਆ ਜਿਹੜੀ ਨਾ ਕੈਨੇਡਾ ਨਾਲੋਂ ਵਧੀਆ ਇੰਡੀਆ ਹੈ ਠੀਕ ਆ ਨਾ ਮਤਲਬ ਆਉਣ ਵਾਲੇ ਬੰਦਿਆਂ ਨੂੰ ਇਹੀ ਸੰਦੇਸ਼ ਆ ਕਿ ਬਾਈ ਇੰਡੀਆ ਚ ਹੀ ਕਰੋ ਬਾਹਰ ਨਾ ਜਾਓ ਤੇ ਜਾਣਾ ਵੀ ਆ ਤਾਂ ਭਰਾਵਾ ਚੰਗੀ ਕੰਟਰੀ ਚ ਕਿਤੇ ਆਸਟ੍ਰੇਲੀਆ ਜਿਹਨੇ ਜਾਣਾ ਨਾ ਜਿਹਨੇ ਜਾਣਾ ਉਹਨੂੰ ਮਜਬੂਰੀ ਆ ਜਿਹਨੇ ਮਜਬੂਰੀ ਆ ਉਹ ਜਾਵੇ ਜਿਹਨੂੰ ਜਿਹਨੇ ਜਾਣਾ ਜਾਂ ਤਾਂ ਜਿਹਦੀ ਮਜਬੂਰੀ ਆ ਜਿਹੜਾ ਇੱਥੇ ਦਿਹਾੜੀਆਂ ਕਰ ਰਿਹਾ ਉਹਦੇ ਲਈ ਕੈਨੇਡਾ ਇੱਥੇ ਦਿਹਾੜੀਆਂ ਕੋਲ 25 ਲੱਖ ਹੁੰਦਾ ਨਹੀਂ ਭਾਜੀ ਠੀਕ ਆ ਜਾਂ ਤਾਂ ਦਿਹਾੜੀਆਂ ਕਰ ਰਿਹਾ ਉਹਦੇ ਲਈ ਮਜਬੂਰੀ ਆ ਕੈਨੇਡਾ ਜਾਵੇ ਜਾਂ ਜਿਹੜਾ ਬੰਦਾ ਉੱਥੇ ਜਾ ਕੇ ਇੰਡੀਆ ਤੋਂ ਪੈਸੇ ਮੰਗਵਾ ਕੇ 20% ਮੰਗਵਾ ਕੇ ਘਰ ਲੈ ਸਕਦਾ ਏ ਉਹਦੇ ਲਈ ਅਫੋਰਡ ਕਰ ਸਕਦਾ ਏ ਅਦਰਵਾਈਜ਼ ਕੋਈ ਵੀ ਬੰਦਾ ਅਫੋਰਡ ਨਹੀਂ ਕਰ ਸਕਦਾ ਕਿਉਂਕਿ 20% ਪਾਉਣਾ ਵੀਰ ਜੀ ਸੌਖਾ ਨਹੀਂ ਹੈਗਾ ਡਿਟੈਚ ਕਾਰਡ ਵੀ ਡਿਟੈਚ ਕਾਰਡ ਮਤਲਬ ਕਿ 4 ਘਰਾਂ ਨੂੰ ਡਿਟੈਚ ਕਾਰਡ ਕਿਹਾ ਜਾਂਦਾ ਹੈ ਉਹ ਵੀ 8 ਲੱਖ ਦਾ ਹੈ ਸੈਮੀ ਘਰ 10-12 ਲੱਖ ਦਾ ਹੈ ਜਿਹੜਾ ਕੱਲਾ ਡਿਟੈਚ ਘਰ ਆ ਉਹ 15-20 ਲੱਖ ਦਾ ਹੈ ਕਿਸੇ ਤੋਂ ਨਹੀਂ ਲਿੱਤਾ ਜਾਂਦਾ ਕਿਉਂਕਿ ਬਹੁਤ ਮਹਿੰਗਾਈ ਕੈਨੇਡਾ ਚ ਹੋ ਚੁੱਕੀ ਆ ਸਮਝ ਰਿਹਾ ਮੇਰੇ ਦੁੱਖ ਤੁਹਾਡਾ ਇੱਥੇ ਦਾ ਕੀ ਪਲਾਨ ਆਪਾਂ ਸੋਚਿਆ ਬਾਬੇ ਇੱਥੇ ਐਸ਼ 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 ਪੰਜਾਬ ਜਾਇਜ ਹੈ ਪੂਰੀ ਹਾਂ ਤੁਸੀਂ ਇੱਥੇ ਆਪਣੀ ਕੋਈ FD ਕਰਵਾ ਲਓ ਠੀਕ ਆ ਕਰਵਾ ਲਈ 2 ਸਾਲਾਂ ਦੀ ਕਰਵਾ ਲਈ ਤੁਹਾਨੂੰ 7.5% ਮਿਲੇ ਜਾਣਾ ਹੈ ਕੈਨੇਡਾ ਦੇ ਵਿੱਚ ਤੁਹਾਨੂੰ ਕੋਈ ਤੁਸੀਂ ਡਿਪੋਜ਼ਿਟ ਕਰਵਾ ਦਿੰਦੇ ਹੋ ਤੁਹਾਨੂੰ ਕੁਝ ਨਹੀਂ ਮਿਲਦਾ ਵਿਆਜ ਨਹੀਂ ਮਿਲਦਾ ਵਿਆਜ ਦੇਣਾ ਪੈਂਦਾ ਤੁਹਾਨੂੰ ਵਿਆਜ ਨਹੀਂ ਮਿਲਦਾ
ਤੁਸੀਂ ਉਲਟਾ ਉਹਨਾਂ ਨੂੰ ਵਿਆਜ ਦਿੰਦੇ ਹੋ ਰੱਖਣ ਦਾ, ਪੈਸੇ ਰੱਖਣ ਦਾ, ਪੈਸੇ ਰੱਖਣ ਦਾ ਵਿਆਜ ਦਿੰਦੇ ਹੋ, ਉਲਟਾ ਵਿਆਜ ਦਿੰਦੇ ਹੋ, ਕੈਨੇਡਾ ਚ ਵਿਆਜ ਦਿੰਦੇ ਹੋ, ਅਜ਼ਰਬਾਈਜ਼ਾਨ ਉਹਨਾਂ ਤੋਂ ਵਿਆਜ ਨਹੀਂ ਲੈ ਸਕਦੇ ਤੁਸੀਂ ਭਾਈ। ਝੂਠ ਨੂੰ ਝੂਠ ਜਿੰਨਾ ਮਰਜ਼ੀ ਬੁਲਾ ਲਓ, ਜੋ ਮਰਜ਼ੀ ਮੇਰੇ ਤੋਂ ਬੁਲਾ ਲਓ, ਕਹਿਣ ਦੇ ਹਿਸਾਬ ਨਾਲ ਜੋ ਮਰਜ਼ੀ ਬੁਲਾ ਲਓ, ਬਟ ਜੋ ਸੱਚ ਆ ਨਾ ਉਹਨੇ ਸੱਚੇ ਰਹਿਣਾ।